ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਹੈ ਕਿ ਜਿਹੜੇ ਬਲਕੌਰ ਸਿੰਘ ਨੇ ਜਿਹੜੇ ਮੂਸੇ ਪਿੰਡ ਦੇ ਰਹਿਣ ਵਾਲੇ ਲੇਟ ਸ਼ੁਭਦੀਪ ਮੂਸੇ ਵਾਲੇ ਦੇ ਫਾਦਰ ਨੇ ਇਹਨਾਂ ਨੂੰ ਧਮਕੀਆਂ ਆਈਆਂ ਸੀ। 3 ਈਮੇਲਸ ਆਈਆਂ ਸੀ ਇਹਨਾਂ ਨੂੰ, ਇੱਕ 18 ਫਰਵਰੀ ਨੂੰ ਆਈ ਹੈ, 24 ਫਰਵਰੀ ਨੂੰ ਆਈ ਹੈ ਅਤੇ 26 ਫਰਵਰੀ ਨੂੰ ਆਈ, ਅਤੇ ਉਸ ਤੋਂ ਬਾਅਦ ਇੱਕ ਸਬਸੀਕੁਐਂਟਲੀ 27 ਫਰਵਰੀ ਨੂੰ ਇੱਕ ਹੋਰ ਮੇਲ ਆਈ ਸੀ। ਸੋ ਇਹਨਾਂ ਈਮੇਲਸ ਦਾ ਕੋਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ ਸੀ ਸਦਰ ਥਾਣੇ ਵਿੱਚ। ਇਸ ਐੱਫ ਆਈ ਆਰ ਨੂੰ 384-506 ਵਿੱਚ 44 ਨੰਬਰ ਐੱਫ ਆਈ ਆਰ ਦਰਜ ਕੀਤੀ ਗਈ ਸੀ। ਇਹਦੀ ਤਫਤੀਸ਼ ਲਈ ਟੀਮ ਬਣਾਈ ਗਈ ਸੀ ਸਦਰ ਮਾਨਸਾ ਦੀ, ਸੀ ਆਈ ਏ ਦੀ ਅਤੇ ਸਾਈਬਰ ਸੈੱਲ ਦੀ। ਸਾਈਬਰ ਸੈੱਲ ਦੀ ਜਿਹੜੀਆਂ ਇਨਪੁਟ ਸੀ ਉਹਦੇ ਮਦਦ ਨਾਲ ਇੱਕ ਜਿਹੜਾ ਇਹਦੇ 'ਚ ਬੱਚਾ ਸੀਗਾ 14 ਸਾਲ, ਉਹਨੂੰ ਅਸੀਂ ਟਰੇਸ ਕੀਤਾ ਕਿ ਜਿਹਨੇ ਮੇਲਸ ਭੇਜੀਆਂ ਸੀ ਉਹਦੀ ਈਮੇਲਸ ਤੋਂ ਹੀ ਇਹ ਗਈਆਂ ਨੇ, ਉਹਨੇ ਹੀ ਈਮੇਲਸ ਭੇਜੀਆਂ ਸੀ, ਉਹਨੂੰ ਅਸੀਂ ਸ਼ਾਮਲ ਤਫਤੀਸ਼ ਕਰ ਲਿਆ, ਜੁਆਇਨ ਕਰ ਲਿਆ ਇਨਵੈਸਟੀਗੇਸ਼ਨ 'ਚ। ਜੁਵੀਨਾਈਲ ਕੋਰਟ 'ਚ ਉਹਨੂੰ ਪੇਸ਼ ਕਰਾਂਗੇ ਅਤੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਸਾਰੀ ਗੱਲ ਸਾਹਮਣੇ ਆਊਗੀ ਕਿ ਇਹਨੇ ਕਿਉਂ ਕੀਤਾ। ਬਟ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਹੋਈ ਹੈ ਉਸ ਤਫਤੀਸ਼ ਵਿੱਚ ਇਹ ਬਹੁਤ ਕਲੀਅਰ ਹੈ ਕਿ ਇਹਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਇਨ ਟੱਚ ਨਹੀਂ ਸੀ, ਕਿਸੇ ਗੈਂਗਸਟਰ ਨਾਲ ਕੋਈ ਐਸੋਸੀਏਸ਼ਨ ਨਹੀਂ ਸੀ। 10ਵੀਂ 'ਚ ਪੜ੍ਹਦਾ, ਸਿਰਫ ਇਹਨੇ ਮੇਲ ਕਰਤੀ ਉਹਨਾਂ ਨੂੰ ਧਮਕਾਉਣ ਵਾਸਤੇ। ਉਹਦਾ ਕਾਰਨ ਕੀ ਹੈ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆਊਗਾ। ਸਰ, ਇੱਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਬੋਧਨ 'ਚ ਕਿਹਾ ਸੀਗਾ ਕਿ ਬੱਚਿਆਂ ਤੋਂ ਮੂਹਰਾ ਬਣਾ ਕੇ ਉਹ ਕਰ ਦਿੰਦਾ, ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈਗਾ। ਜਿਵੇਂ ਸ਼ੂਟਰ 'ਚ ਵੀ ਇੱਕ ਬੱਚਾ ਸੀਗਾ, ਨਹੀਂ ਦੇਖੋ ਜਿਹੜਾ ਕਾਨੂੰਨ ਹੈਗਾ ਉਹਦੇ ਮੁਤਾਬਕ ਹੀ ਅਸੀਂ ਪਰਚਾ ਦਰਜ ਕੀਤਾ, ਪਰਚਾ ਦਰਜ ਕਰਕੇ ਉਹਦੇ 'ਚ ਤਫਤੀਸ਼ ਕੀਤੀ ਜਾ ਰਹੀ ਹੈ, ਉਹਨੂੰ ਲਿਆਂਦਾ ਵੀ ਉਹਦੀ ਪੁੱਛਗਿੱਛ ਵੀ ਕਰਾਂਗੇ। ਪੁੱਛਗਿੱਛ ਕਰਕੇ ਜਿਹੜੀ ਚੀਜ਼ ਸਾਹਮਣੇ ਆਊਗੀ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਲਿਆਵਾਂਗੇ। ਬਟ ਇਹ ਮੈਂ ਬੜਾ ਕੈਟਾਗੋਰੀਕਲੀ ਤੁਹਾਨੂੰ ਫਿਰ ਦੱਸਣਾ ਚਾਹੁੰਦਾ, ਇਹ ਦੁਬਾਰਾ ਰਿਪੀਟ ਕਰ ਰਿਹਾ ਐਟ ਦਾ ਕੋਸਟ ਆਫ ਰਿਪੀਟੀਸ਼ਨ ਮੈਂ ਕਹਿ ਰਿਹਾ ਕਿ ਇਹਦੇ ਵਿੱਚ ਕੋਈ ਵੀ ਹਜੇ ਤੱਕ ਗੈਂਗਸਟਰ ਵਾਲਾ ਐਂਗਲ ਸਾਹਮਣੇ ਨਹੀਂ ਆਇਆ। ਅੱਜ ਉਹ ਵਿਧਾਨ ਸਭਾ 'ਚ ਵੀ ਬਹਿ ਕੇ ਜਾ ਕੇ ਇਹੋ ਜਿਹਾ ਕਿਹੜਾ ਇਨਸਾਫ ਰਹਿ ਰਿਹਾ ਜੀ ਪੁਲਿਸ ਤੋਂ ਜਿਹੜਾ ਨਹੀਂ ਹੋ ਰਿਹਾ, ਇਹਦੀ ਮੰਗ ਕਰ ਰਹੇ। ਦੇਖੋ ਜਿਹੜਾ ਮੇਨ ਕੇਸ ਹੈ 103 ਨੰਬਰ ਐੱਫ ਆਈ ਆਰ ਹੈ 2022 ਦੀ, ਜਿਹਦੇ ਵਿੱਚ ਸ਼ੁਭਦੀਪ ਦਾ ਮਰਡਰ ਹੋ ਗਿਆ ਸੀ ਸਿੱਧੂ ਮੂਸੇਵਾਲੇ ਦਾ, ਉਹਦੇ ਵਿੱਚ ਅਸੀਂ 29 ਬੰਦੇ ਅਰੈਸਟ ਕਰ ਚੁੱਕੇ ਹਾਂ। ਜਿਹੜੇ ਬਾਹਰ ਨੇ 6 ਬੰਦੇ ਬਾਹਰ ਨੇ, ਉਹਨਾਂ ਦਾ ਐਕਸਟ੍ਰੈਡੀਸ਼ਨ ਦਾ ਕੰਮ ਚੱਲ ਰਿਹਾ, ਆਰਸੀਐਨ ਦਾ ਚੱਲ ਰਿਹਾ। ਸਚਿਨ ਬਿਸ਼ਨੋਈ ਦਾ ਐਕਸਟ੍ਰੈਡੀਸ਼ਨ ਦਾ ਕੰਮ ਕਾਫੀ ਐਡਵਾਂਸ ਸਟੇਜ 'ਤੇ ਹੈ। ਗੋਲਡੀ ਬਰਾੜ ਦਾ ਇਹਦਾ ਐਕਸਟ੍ਰੈਡੀਸ਼ਨ ਦਾ ਕੰਮ ਚੱਲ ਰਿਹਾ। ਸੋ ਜਿਹੜੇ ਬੰਦੇ ਇੱਥੇ ਦੇਸ਼ 'ਚ ਹੈਗੇ ਉਹ ਸਾਰੇ ਅਰੈਸਟ ਹੋ ਚੁੱਕੇ ਨੇ, ਰਿਕਵਰੀਜ਼ ਹੋ ਚੁੱਕੀ ਹੈ, ਗੱਡੀਆਂ ਜਿਹੜੀਆਂ ਯੂਜ਼ ਹੋਈਆਂ ਸੀ ਉਹ ਸਾਰੀਆਂ ਰਿਕਵਰ ਹੋ ਚੁੱਕੀ ਹੈ, ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਰਿਕਵਰ ਹੋ ਚੁੱਕੇ ਹੈ। ਇਨਫੈਕਟ 2 ਬੰਦੇ ਲਾਈਵ ਐਨਕਾਊਂਟਰ 'ਚ ਤੁਹਾਨੂੰ ਪਤਾ ਅੰਮ੍ਰਿਤਸਰ ਮਾਰੇ ਵੀ ਗਏ ਸੀ ਜਿਹੜੇ ਮੇਨ ਸ਼ੂਟਰਾਂ 'ਚੋਂ ਸੀਗੇ। ਸੋ ਕਾਫੀ ਕੰਮ ਇਹਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ। ਜਿਹੜੇ ਐਕਸਟ੍ਰੈਡੀਸ਼ਨ ਦਾ ਕੰਮ ਹੈ ਜਿਹੜੇ ਬਾਹਰ ਨੇ ਉਹ ਵੀ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਵਾਪਸ ਲਿਆ ਕੇ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਜਿਹੜੀ ਬਣਦੀ ਕਾਰਵਾਈ ਅਦਾਲਤ ਵੱਲੋਂ ਉਹ ਕੀਤੀ ਜਾ ਸਕੇ। ਸਿੱਧੂ ਮੂਸੇਵਾਲੇ ਪਿਤਾ ਜੀ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਸਕਿਉਰਟੀ ਵਾਪਸ ਲੈਣ ਤੇ ਮੀਡੀਆ ਵਿੱਚ ਆਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਦੇਖੋ ਜਿਹੜੇ ਵੀ ਬੰਦੇ ਦਾ ਜਿੰਨਾ ਰੋਲ ਹੋਊਗਾ ਇਸ ਕੇਸ ਵਿੱਚ, 103 ਨੰਬਰ ਜਿਹੜਾ ਮਰਡਰ ਵਾਲਾ ਕੇਸ ਹੈ, ਜਿਹਦਾ ਜਿੰਨਾ ਰੋਲ ਹੋਏਗਾ ਉਹਦਾ ਓਨੀ ਜ਼ਰੂਰ ਹੋਏ ਤੇ ਕਾਰਵਾਈ ਹੋਊਗੀ। ਜਿਹੜੇ ਵੀ ਬੰਦਿਆਂ ਤੇ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਉਹ ਸਾਰਿਆਂ ਨੂੰ ਸ਼ਾਮਲ ਤਫਤੀਸ਼ ਵੀ ਕੀਤਾ ਗਿਆ, ਪੁੱਛਗਿੱਛ ਵੀ ਕੀਤੀ ਗਈ ਹੈ। ਤੁਹਾਡੇ ਸਾਹਮਣੇ ਬੱਬੂ ਮਾਨ ਨੂੰ ਵੀ ਬੁਲਾਇਆ ਗਿਆ, ਅਜੇਪਾਲ ਮਿੱਡੂਖੇੜਾ ਨੂੰ ਵੀ ਬੁਲਾਇਆ ਗਿਆ, ਇੱਥੋਂ ਮਨਕੀਰਤ ਔਲਖ ਨੂੰ ਵੀ ਬੁਲਾਇਆ ਗਿਆ, ਇੱਕ ਪਰਵ ਨਿਸ਼ਾਨ ਸੀ ਉਹਨੂੰ ਬੁਲਾਇਆ ਗਿਆ, ਉਸ ਤੋਂ ਬਾਅਦ ਪ੍ਰੇਮ ਢਿੱਲੋਂ ਨੂੰ ਬੁਲਾਇਆ ਗਿਆ। ਹੋਰ ਵੀ ਬੜੇ ਲੋਕ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਾਹਰ ਕੀਤਾ ਸੀ ਕਿ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ, ਉਹਨਾਂ ਸਾਰਿਆਂ ਨੂੰ ਅਸੀਂ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ। ਉਹਨਾਂ ਦਾ ਕੋਈ ਲਿੰਕ ਨਜ਼ਰ ਆਇਆ ਜੀ ਇਨਵੈਸਟੀਗੇਸ਼ਨ ਹੁਣ ਤੱਕ? ਇਨਵੈਸਟੀਗੇਸ਼ਨ ਦੇਖੋ ਆਨਗੋਇੰਗ ਪ੍ਰੋਸੈਸ ਹੈ, ਅਸੀਂ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆ ਰਹੀ ਹੈ ਉਸ ਇਨਫੋਰਮੇਸ਼ਨ ਨੂੰ ਆਪਾਂ ਵੈਰੀਫਾਈ ਵੀ ਕਰ ਰਹੇ ਹਾਂ, ਪੁੱਛਗਿੱਛ ਵੀ ਕਰ ਰਹੇ ਹਾਂ, ਟੈਕਨੀਕਲ ਏਡਸ ਵੀ ਆਪਾਂ ਯੂਜ਼ ਕਰ ਰਹੇ ਹਾਂ ਅਤੇ ਅੱਗੇ ਵੀ ਯੂਜ਼ ਕਰਾਂਗੇ। ਇਹੋ ਜਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਖਤਮ ਕਰਤੀ। ਸੋ ਇਨਵੈਸਟੀਗੇਸ਼ਨ ਆਨਗੋਇੰਗ ਪ੍ਰੋਸੈਸ ਹੈ, ਜਿਹਦਾ ਜਿੰਨਾ ਰੋਲ ਆਊਗਾ ਉਹ 'ਤੇ ਕਾਰਵਾਈ ਹੋਊ। ਕਈ ਵਾਰੀ ਉਹਨਾਂ ਨੇ ਬਲਤੇਜ ਬੰਨੂ ਦਾ ਨਾਮ ਵੀ ਲਿੱਤਾ ਜੀ। ਬਲਤੇਜ ਬੰਨੂ ਦੀ ਡਿਮਾਂਡ ਕਰ ਰਹੇ ਆ ਵੀ ਬਲਤੇਜ ਬੰਨੂ ਨੇ ਸੀਕ੍ਰੇਸੀ ਕਲੀਅਰ ਕੀਤੀ ਹੈ, ਕਿਉਂਕਿ ਜੇ ਮਨਪ੍ਰੀਤ ਰਈਆ ਮਨਪ੍ਰੀਤ ਤੂਫਾਨ ਨੂੰ ਅਰੈਸਟ ਕੀਤਾ ਜਾ ਸਕਦਾ ਇਸ ਕਤਲ 'ਚ, ਤਾਂ ਉਹ ਕਹਿੰਦੇ ਬਲਤੇਜ ਬੰਨੂ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਵੀ ਜਿਹਨੇ ਸਾਰਾ ਕੁਛ ਕਰਵਾਇਆ। ਦੇਖੋ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਸਿਕਿਉਰਿਟੀ ਲੀਕ ਦੀ, ਮੈਂ ਅੱਜ ਵੇਖਿਆ ਵੀ ਵਿਧਾਨ ਸਭਾ 'ਚ ਵੀ ਉਹਨਾਂ ਨੇ ਉਹ ਪੋਸਟਰ ਰੱਖਿਆ ਹੋਇਆ ਨਾਲ ਬਲਤੇਜ ਬੰਨੂ ਦਾ ਕਿ ਉਹਨਾਂ ਨੇ ਉਹਦੇ 'ਚ ਲਿਖਿਆ। ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਜਿਹਦਾ ਜਿੰਨਾ ਰੋਲ ਹੋਊਗਾ ਜਿਸ ਹਿਸਾਬ ਨਾਲ ਰੋਲ ਹੋਏਗਾ ਉਹ 'ਤੇ ਕਾਰਵਾਈ ਹੋਏਗੀ, ਚਾਹੇ ਕੋਈ ਵੀ ਹੋਵੇ। ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ, ਆਨਗੋਇੰਗ ਪ੍ਰੋਸੈਸ ਹੈ, ਜਿਹਦਾ ਵੀ ਅੱਗੇ ਵੀ ਰੋਲ ਆਊਗਾ। ਇਨਫੈਕਟ ਜਿਹੜਾ ਹੁਣ ਤੱਕ ਉਹਨਾਂ ਨੇ ਦੱਸਿਆ ਉਸ ਤੋਂ ਇਲਾਵਾ ਵੀ ਜੇ ਕੋਈ ਲੱਗਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ 'ਤੇ ਵੀ ਕਾਰਵਾਈ ਹੋਊਗੀ। ਜੇ ਉਹਦੀ ਲੋੜ ਹੋਏਗੀ ਬਿਲਕੁਲ ਬੁਲਾਇਆ ਜਾਏਗਾ। ਸਰ, ਜਦੋਂ ਪੰਜਾਬ ਪੁਲਿਸ ਕੰਮ ਕਰ ਰਹੀ ਆ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਕਿਤੇ ਸੰਤੁਸ਼ਟ ਨਹੀਂ, ਇਸ ਲਈ ਅੱਜ ਵਿਧਾਨ ਸਭਾ ਗਏ ਨੇ?
नहीं उहदे विधानसभा जाण दा कारण उही दस सकदे ते मैं उहदे बारे नहीं कमेंट कर सकदा। मैं तां तफ्तीश बारे तुहानूं दस सकदा जिहड़ी असीं कीती है, जिहड़ा पुलिस वल्लों काम कीता गया उहदे बारे दस सकदा। उहदे बारे जे तुहाडा कोई सवाल है ते उहदे मैं जवाब तुहानूं दे सकदा। गोल्डी विराट ते दूजिआं दा प्रोसैस कित्थों तक पहुंचिआ? ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਆਈ ਕੈਨੋਟ ਲੀਕ ਇਟ ਆਊਟ ਕਿ ਕਿੱਥੇ ਤੱਕ ਪਹੁੰਚ ਗਿਆ, ਬਟ ਕਾਫੀ ਐਡਵਾਂਸ ਸਟੇਜ ਤੇ। ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਜਿਹੜਾ ਉੱਥੋਂ ਡਿਟੇਨ ਕਰਕੇ ਜਲਦ ਲਿਆਂਦਾ ਜਾਊਗਾ, ਪਰ ਕਾਫੀ ਸਮਾਂ ਬੀਤ ਗਿਆ, ਪਰਿਵਾਰ ਵੀ ਕਹਿ ਰਿਹਾ ਹੈਗਾ। ਨਹੀਂ, ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਦੇਖੋ, ਐਮਈਏ ਵੀ ਵਿੱਚ ਇਨਵੋਲਵ ਹੁੰਦਾ, ਐਮਐਚਏ ਵੀ ਇਨਵੋਲਵ ਹੁੰਦਾ, ਦੂਜੀ ਕੰਟਰੀ ਵੀ ਇਨਵੋਲਵ ਹੁੰਦੀ। ਸੋ ਸਾਰੇ ਕੋਸ਼ਿਸ਼ ਕਰ ਰਹੇ ਕਿ ਅਸੀਂ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਕਰੀਏ। ਅਸੀਂ ਸੈਂਟਰਲ ਗਵਰਨਮੈਂਟ ਨਾਲ ਵੀ, ਪੰਜਾਬ ਗਵਰਨਮੈਂਟ ਵੀ ਟੇਕਅਪ ਕਰ ਰਹੀ ਹੈ, ਪੰਜਾਬ ਗਵਰਨਮੈਂਟ ਨਾਲ ਅਸੀਂ ਟੇਕਅਪ ਕਰ ਰਹੇ ਹਾਂ। ਸੋ ਇਹਨੂੰ ਜਲਦੀ ਹੀ ਲਿਆਂਦਾ ਜਾਊਗਾ। ਜਿਵੇਂ ਮੈਂ ਕਿਹਾ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਮੈਂ ਤੁਹਾਨੂੰ ਡਿਟੇਲਸ ਇਹਦੀਆਂ, ਐਕਸਟ੍ਰੈਡੀਸ਼ਨ ਦੀਆਂ ਜਾਂ ਕਿਸੇ ਵੀ ਬੰਦੇ ਦੀਆਂ ਜਿਹੜਾ ਹਜੇ ਤੱਕ ਸਾਡੇ ਕੋਲ ਅਰੈਸਟਡ ਨਹੀਂ ਹੈਗਾ, ਉਹ ਮੈਂ ਸ਼ੇਅਰ ਨਹੀਂ ਕਰ ਸਕਦਾ। ਸਰ ਮੁੱਖ ਮੰਤਰੀ ਪੰਜਾਬ ਜਦੋਂ ਆਪ ਬੋਲ ਰਹੇ ਹੈ ਗੋਲਡੀ ਬਰਾੜ ਡਿਟੇਨ ਕਰ ਲਿਆ ਤੇ ਅਸੀਂ ਲੈ ਕੇ ਆਵਾਂਗੇ, ਤਾਂ ਕੁਝ ਪੁਲਿਸ ਉਹ ਵੀ ਉਦਾਂ ਇਨਵੈਸਟੀਗੇਸ਼ਨ ਨਹੀਂ ਰਹੀ? ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਮੂਵ ਕੀਤਾ।